तू मोटर लेनी है सानू पजारो समा जा घरे बह जा भी 70 नो बिंदे दी लाई नहीं हले पिछली बारी भी 2000 ਉਹੀ ਵਧਾਤਾ ਦੀ ਉਹ ਮਾਂ ਖਿਆ ਚੱਲ ਉਹਨੂੰ ਕੋਈ ਪਾਣੀ ਨਹੀਂ ਦਿੰਦਾ ਹੈਗਾ ਹੁਣ ਆਪਾਂ ਨਾਲੇ ਵੇਲੇ ਤੇ ਮੋਟਰ ਤੇ ਆ ਜਾਏਗਾ ਤੇਰੀ ਜ਼ਮੀਨ ਠੇਕੇ ਤੇ ਲਵਾਂਗੇ ਆਪਾਂ ਉੱਚ ਲਾਵਾਂਗੇ ਚੰਗੀ ਮੁੱਛੜ 1,20,000 ਦੀ ਕੱਢਾਂਗੇ 50,000 ਨੂੰ ਲਵਾਂਗੇ ਉੱਪਰ 1,000 ਰੁਪਇਆ ਵੀ ਨਹੀਂ ਲਾਦੀ ਹੋਰ ਕੋਈ ਦੀ ਜ਼ਮੀਨ ਲੈਂਦਾ ਨਹੀਂ ਮੋਟਰ ਕੱਲੀ ਆਪਣੀ ਹੈ ਹਨਾ ਜੇ ਉਹਨੇ ਸੱਚ ਹੋਰ ਠੇਕੇ ਤੇ ਲਾਤੀ ਕਿਸੇ ਨੂੰ ਆਪਾਂ ਪਾਣੀ ਵੀ ਨਹੀਂ ਦਿੰਦੇ ਕਿਸੇ ਨੂੰ ਮੋਟਰ ਹੈ ਨਹੀਂ ਕੋਈ ਨੇੜੇ ਤੇੜੇ ਹਨਾ ਚੱਕ ਕੀ ਕਹਿੰਦਾ ਫੋਨ ਚੱਕ ਕੇ ਨਹੀਂ ਦੁਬਾਰੇ ਲਾਉਂਦੇ ਚੱਲ ਫੋਨ ਕਰ ਕਹਿੰਦੇ ਮੋਟਰ ਤੇ ਆ ਜਾ ਕਹਿੰਦੇ ਜ਼ਮੀਨ ਤਰੀਕੇ ਠੇਕੇ ਤੇ ਅਸੀਂ ਲਵਾਂਗੇ ਹੈਲੋ ਕੀ ਹਾਲ ਹੈ ਡਾਕਟਰ ਸਾਹਿਬ ਵਧੀਆ ਵਧੀਆ ਜੀ ਹੋਰ ਪਰਿਵਾਰ ਠੀਕ ਹੈ ਜੀ ਕਿੱਥੇ ਹੋ ਜੀ ਹਾਂਜੀ ਆ ਜਾਓ ਜੀ ਆ ਜਾਓ ਜੀ जमीन बहुत तगड़ी है उधर जमीन बहुत तगड़ी है छोटे जिमीदार मोटर मेनू तो दे दियो यार जे मैं आप करा मोटर चलो उ जे तू आप करेगा जा किसी नूं देंगे असीं मोटर नहीं दिंदे चाहे किन्ने मर्जी दे दे किसी नूं सोडा जे तुसीं आप लैणे दे मेरा बाण ठेके दे आप दा आप असीं साडी मोटर इस तां चलावांगे चल 52 नूं कहो कर दे बस हो ठीक है ओही पिछला रेट रख हां 2020 दा ना बस हूं ਉਹਦਾ ਬਚਣ ਨੂੰ ਤਾਂ ਹੈ ਹੀ ਕੁਛ ਨਹੀਂ ਹੈ ਮੇਰੀ ਗੱਲ ਸੁਣ ਚੱਲ ਫਿਰ ਮੈਂ ਕਰੇ ਸਲਾਹ ਕਰ ਲਾਂ ਫਿਰ ਦੱਸ ਦੂੰ ਚੱਲ ਸਲਾਹ ਕਰ ਲੈਂ ਤੂੰ ਸਲਾਹ ਕਰ ਲਾਂ ਆ ਤੂੰ ਸਾਂ ਲਾਦਾ ਕਿਸੇ ਦੇ ਉਂਗਲਾਂ ਤੇ ਕੋਈ ਨਹੀਂ ਫਸੂ ਤਾਂ ਆਪਾਂ ਨੂੰ ਟੰਗ ਜਿਹਦੇ ਹੋਰ ਲਾ ਦੇਣੇ ਜ਼ਮੀਨ ਦੋ ਕਿਸੇ ਹੋਰ ਨੂੰ ਫਿਰ ਕੋਈ ਨਹੀਂ ਮੋਟਰ ਕਿਦੋਂ ਲਊਗਾ ਤੂੰ ਉੱਪਰ ਦਿਓਗੇ ਕਿਤੇ ਦੇਣਾ ਨਹੀਂ ਮੋਟਰ ਪਈ ਨਾਲੇ ਖਾਲ ਬਾਹਾਂਗੇ ਆਪਾਂ ਖਾਲ ਆਪਾਂ ਦਿੱਤਾ ਹੋਇਆ ਨਾ ਪਹਿਲਾਂ ਦੇ ਦਿੱਤੀ ਦੋ ਵਾਰੀ ਮੋਟਰ ਓਏ ਉਦੋਂ ਦਾਬ ਜੀ ਪੈ ਗਈ ਦੀ ਥੋੜੀ ਜੀ ਐਤਕੀ ਫਿਰ ਕਹਿੰਦੇ ਦਾਬ ਜੀ ਐਤਕੀ ਨਹੀਂ ਆਪਾਂ ਕਹਿੰਦੇ ਨਹੀਂ ਹੈਗੇ ਬਸ ਮੋਟਰ ਨਹੀਂ ਦੇਣੀ ਜੀ ਆਪਾਂ ਲੈਣੀ ਠੇਕੇ ਤੇ 50 ਬਸ ਬਸ ਹੋਰ ਕਿਵੇਂ ਫਿਰ ਵਧੀਆ ਡਾਕਟਰ ਆ ਮੈਂ ਤੇਰੇ ਕੋਲ ਤਾਂ ਆਇਆ ਸੀ ਤੂੰ ਉਦੇ ਨਹੀਂ ਕਹਿੰਦਾ ਸੀ ਵਾਹਣ ਵਾਸਤੇ ਜਿਹੜੇ ਆਪਣੇ ਉਹ 2 ਕਿੱਲੇ ਜੇ ਉਹਨਾਂ ਕੋਲ ਨਾ ਕਲਵੀਰ ਹੋਰ ਕੋਲ ਅੱਛਾ ਮੈਂ ਤੂੰ ਕਹਿੰਦਾ ਸੀ ਵੀ 70 ਨੂੰ ਬਿੰਦੇ ਦੀਆਂ ਲਾਈ ਨਹੀਂ ਹਲੇ ਨਾ ਲੱਗੀ ਨਹੀਂ ਕੋਈ ਨਾ ਕਰ ਲੈ ਫਿਰ ਆਪਾਂ ਅਸੀਂ ਕਰ ਲਾਂਗੇ ਦੀ ਪਰ ਤੂੰ ਰੱਖ ਲੈ 70 ਨੂੰ ਯਾਰ ਛੜਾ ਡਾਕਟਰ 70 ਲਾਏ ਸੀ ਮੈਂ ਹੋਰ ਤਾਂ ਉਹਦੇ 70 ਥਾਈ ਲਵੇ ਖੜ ਕੇ ਕਹਿਣੀ ਦੀ ਇਹ 70 ਨੂੰ ਮਿਲ ਹੋਗੀ ਚੱਲ ਫਿਰ ਜਵਾਨ ਪੱਕੀ ਹੋਵੇ ਆਪਣਾ ਵੀ ਮੋਟਰ ਦਵਾ ਦੀ ਇੱਕ ਉਹਦਾ ਕੋਈ ਨਾ ਉਹਦਾ ਤੂੰ ਗੱਲ ਕਰ ਲਈ ਆਪੇ ਦੇਖਾਂ ਮੈਂ ਨਹੀਂ ਕਹਿੰਦਾ ਹੈਗਾ ਮੈਂ ਤਾਂ ਤੈਨੂੰ ਮਾਰੂ ਕਰਕੇ ਲਾਈ ਹੈ ਠੀਕ ਹੈ 70 ਨੂੰ ਤੇਰੀ ਹੋ ਗਈ ਹੁਣ ਤੂੰ ਆਪਦਾ ਸਾਮ ਆਪਦਾ ਕੱਲ ਨੂੰ ਵੱਟਾਂ ਵੱਟਾਂ ਘੜ ਲੈ ਠੀਕ ਹੈ ਚੱਲ ਠੀਕ ਹੈ ਬਾਈ ਓਕੇ ਥੋੜੇ ਦੋ ਕੰਮ ਆਪਣੀ ਜ਼ਮੀਨ ਹੈ ਇਧਰ ਉਹ ਆ ਤਾਂ ਖਾਲ ਜਾ ਤੂੰ ਬਾ ਇਹ ਆਪਣਾ ਜੇ ਤਾਂ ਇਹ ਮੈਂ ਹੱਥ ਨਹੀਂ ਵੱਟ ਬਦਲ ਲੈਂਦੀ ਇੱਥੇ ਵੱਟ ਪਾ ਦੀ ਆਪਾਂ ਪਟਵਾਰੇ ਦੀ ਲੋੜ ਹੀ ਨਹੀਂ ਆਪਾਂ ਨੂੰ ਕੀ ਹਾਲ ਹੈ ਬਾਈ ਵਧੀਆ ਕਿਵੇਂ ਹੋ ਉਹ ਡਾਕਟਰ ਦੀ ਅੱਖ ਜੀ ਮੈਨੂੰ ਬਦਲੀਏ ਲੱਗਦੀ ਦੀ ਡਾਕਟਰ ਵਾਲੀ ਜ਼ਮੀਨ ਲੈ ਲਈ ਵੀ ਆਪਾਂ ਮੋਟਰ ਦਈਏ ਚੰਗਾ ਇਹ ਤੇ ਕੀ ਫਰਕ ਨਹੀਂ ਕੀ ਕਿਹੜੀ ਮੋਟਰ ਆ ਉਹ ਡਾਕਟਰ ਵਾਲੀ ਜ਼ਮੀਨ ਮੋਟਰ ਫਟ ਫੋਟੀ ਪਾਣੀ ਲੱਗਦਾ ਨਹੀਂ ਸਾਡਾ ਤਾਂ ਲੱਗਦਾ ਫਿਰ ਤੇਰੇ ਵਾਸਤੇ ਤਾਂ ਨਹੀਂ ਹੈਗੀ ਹਾਂ ਤੈਨੂੰ ਕਿ ਤੈਨੂੰ ਡਾਕਟਰ ਨੇ ਕਿਹਾ ਵੀ ਸਾਡੀ ਮੋਟਰ ਵੀ ਨਾਲ ਜ਼ਿੰਮੇਵਾਰੀ ਪਾਣੀ ਤੂੰ ਭੇਜੀ ਡਾਕਟਰ ਨੂੰ ਡਾਕਟਰ ਨੂੰ ਭੇਜੀ ਭਰਾਵਾ ਮੇਰੀ ਸੁਣ ਲੈ ਗੱਲ ਆ ਜ਼ਮੀਨ ਕਿੰਨੇ ਨੂੰ ਲੈਣੀ ਸੀ ਤੂੰ ਤਾਂ ਮੈਨੂੰ ਤੂੰ ਜ਼ਮੀਨ ਕਿੰਨੇ ਨੂੰ ਲਈ ਐਵੇਂ ਦੱਸ ਮੈਂ ਤਾਂ ਜਿੰਨੇ ਨੂੰ ਲੈਣੀ ਦੀ ਲੈ ਤੂੰ ਮੈਨੂੰ ਰੇਟ ਦੱਸ ਨਹੀਂ ਬਈ ਇਹ ਰਲਿਆ ਹੋਇਆ ਬੰਦਾ ਵਿੱਚ ਹੀ ਹੈ ਤੂੰ ਰੇਟ ਦੱਸ ਜ਼ਮੀਨ ਕੀ ਲਈ ਹੈ ਮੈਂ 70 ਨੂੰ ਲਈ ਆ ਅਸੀਂ ਜੇ ਤਾਂ ਤੂੰ ਮੋਟਰ ਲੈਣੀ ਹੈ ਅੱਛਾ ਸਾਨੂੰ 50 ਨੂੰ ਸਮਾ ਜਾ ਘਰੇ ਬਹਿ ਜਾ ਲੋੜ ਨਹੀਂ ਤੈਨੂੰ ਜੇ ਤੂੰ 70 ਨੂੰ ਕਹਿੰਦਾ ਮੈਂ ਤੇਰੇ ਉਰੇ ਕੱਢ ਲੂੰ ਮੁੱਛੜਾ ਤੈਨੂੰ ਕੁਛ ਨਹੀਂ ਨਿਕਲਦਾ ਉਰੇ ਮੈਂ ਕਹਿੰਦਾ ਚੱਬੜਾਂ ਦਾ ਵੀ ਖੰਡਿਆ ਲੈ ਕੇ ਤੁਹਾਡੀ 2 ਕਿੱਲੇ ਦੇ ਮੋਟਰ ਬੇਲੀ ਖੜੀ ਹੈ ਬਾਈ ਤੇਰੇ ਵਾਸਤੇ ਨਹੀਂ ਹੈਗੀ ਜਮਾ ਬੇਲੀ ਹੈ ਬਾਈ ਸਾਡੇ ਮੈਂ ਤਾਂ ਚੱਲਦੀ ਨਹੀਂ ਮੋਟਰ ਉਹ ਖੜੀ ਹੈ ਲੈ ਤੇਰੇ ਬਾਹ ਨਾਲ ਲੱਗਦੀ ਅਸੀਂ ਤਾਂ ਤੌਕਾਂ ਹੀ ਪਾਣੀ ਦਿੰਦੇ ਠੀਕ ਹੈ
ਬੜੀ ਕਰੀ ਡਾਕਟਰ ਨੇ ਤਾਂ ਨਾ ਯਾਰ ਮੋਟਰ ਮਿਲਣੀ ਹੁਣ ਤਾਂ ਠੇਕਾ ਵੀ ਅੱਧਾ ਭਰ ਗਿਆ ਹੁਣ ਤਾਂ ਕੁਛ ਮੋੜਨ ਹੀ ਨਹੀਂ ਹੈਗਾ ਠੇਕੇ 'ਚੋਂ ਬਈ ਬਣ ਕੇ ਕਿਸਾਨ ਭਰਾਵੋ ਇਹ ਕਦਮ ਨਾ ਚੱਕੋ ਬਿਨ ਸੋਚੇ ਸਮਝੇ ਜਿਹਦੇ ਨਾਲ ਆਪਣੂੰ ਬਾਅਦ 'ਚੋਂ ਨੁਕਸਾਨ ਹੋਵੇ ਅਤੇ ਆਪਣਾ ਵਿਸ਼ਵਾਸ ਟੁੱਟੇ ਆਪਸ 'ਚ ਭਾਈਆਂ ਨਾਲ ਕਿਸਾਨ ਭਰਾਵਾਂ ਨਾਲ ਲੜਾਈਆਂ ਪੈਂਦੀਆਂ ਨੇ ਵੀ ਇਹ ਰੌਲੇ ਰੱਪਿਆਂ 'ਚ ਨਾ ਪਊਗਾ ਜੀ ਧੰਨਵਾਦ ਜੀ।